3 ਲੀਟਰ ਇਨਸ਼ਾਅੱਲਾ ਦੁੱਧ ਕਸਮ ਅੱਗੋ ਇਨਸ਼ਾਅੱਲਾ ਮੱਝੀ ਜਿਹੜੀਆਂ ਮਰੇ ਪਹਿਲਾਂ ਵੀ ਉਹ ਸੁੰਗੀ ਉਹ ਵੀ 3 ਲੀਟਰ ਕਸਮ ਦੁੱਧ ਸਹੀ ਤੇ ਪ੍ਰੂਵਨ ਬੋਲੇ ਪ੍ਰੂਵਨ ਬੋਲੇ ਕਿਹੜਾ ਕੋ ਮਤਲਬ ਅੱਗੇ ਮਰੇ ਮਾਲੀਆਂ ਸੂ ਚੁੱਕਿਆ ਔਰ ਵੇਖ ਕੇ ਆਉਣਾਂ ਦੀ ਇਹਦੀ ਨਸਲ ਵੇਖੀ ਏ ਇਹਦੇ ਬੱਚੇ ਵੇਖੇ ਨੋ ਅੱਗੋ ਇਹਦੀ ਮਰੇ ਝੋਟੀਆਂ ਸੁਈ ਦੀ ਇਹਦੀ ਭੈਣ ਏ ਹਾਂਜੀ ਇਹ ਝੋਟੇ ਦੀ ਧੀ ਏ ਜੀ ਜੀ ਜੇ ਤਾਂ ਮਲੇ ਸ਼ੋਕਰ ਡੋਗਰ ਨੇ 15 ਲੱਖ ਰੁਪਏ ਲਾਇਆ ਤੇ ਮਗਰ ਉਹ ਦਿਨ ਮਾਰਕ ਦੇਣੇ ਤੋਂ ਇਨਕਾਰ ਕਰ ਗਿਆ ਤੇ ਹੁਣ ਆ ਝੋਟੇ ਦਾ ਕਿੰਨੇ ਲੱਖ ਦੇ ਆਏ ਜੀ ਇਸ ਝੋਟੇ ਦਾ ਜੀ 55 ਲੱਖ ਰੁਪਏ ਦਿੱਤੇ 5 ਲੱਖ ਦੇ ਆਏ ਜੀ ਅੱਛਾ ਜੀ ਬismillahirrahmanirrahim ਅਸਲਾਮ ਵਾਲੇ ਤੁਸੀ ਦੇਖ ਰਹੇ ਹੋ ਪਾਕ ਬਫਲੋ ਟੀਵੀ ਅੱਜ ਅਸੀਂ ਮੌਜੂਦ ਆਂ ਜ਼ਿਲ੍ਹਾ ਮੰਡੀ ਬਹਾਉਦੀਨ ਮੁਕੰਮਲ ਐਡਰੈਸ ਤੇ ਫਾਰਮਰ ਦਾ ਨਾਮ ਚੋਰੀ ਮਨੀਰ ਗੋਂਦਲ ਸਾਹਿਬ ਸਾਡੇ ਨਾਲ ਮੌਜੂਦ ਹੈ ਇਹ ਤਫਸੀਲਾਂ ਦੱਸਣਗੇ ਤੇ ਇੱਕ ਬਹੁਤ ਹੀ ਮਸ਼ਹੂਰ ਝੋਟਾ ਇਸ ਵੇਲੇ ਫਾਰਮ ਤੇ ਮੌਜੂਦ ਆ ਉਸ ਛੋਟੇ ਦੇ ਵੀ ਇਹਨਾਂ ਨੂੰ ਸਪੈਸ਼ਲ ਮੁਬਾਰਕਬਾਦ ਦੇਣ ਆਏ ਆ ਉਹਦੀ ਹਿਸਟਰੀ ਵੀ ਇਹਨਾਂ ਕੋ ਜਾਣ ਜਾਣਾਂਗੇ ਉਹ ਛੋਟਾ ਵੀ ਦੋਸਤਾਂ ਨੂੰ ਸ਼ੌਕ ਨਾ ਦਿਖਾਵਾਂਗੇ ਜੀ ਅਸਲਾਮ ਵਾਲੇਕਮ ਵਾਲੇਕਮ ਸਲਾਮ ਭਾਈ ਮਨੀਰ ਕੀ ਹਾਲ ਖੈਰੀ ਹੈ ਤਾਂ ਜੀ ਜੀ ਅੱਲਾ ਦਾ ਸ਼ੁਕਰ ਠੀਕ ਠਾਕ ਤੇ ਸਭ ਤੋਂ ਪਹਿਲੇ ਜਿਹੜੇ ਸਾਡੇ ਨਾਲ ਦੋਸਤ ਆ ਇਹਨਾਂ ਦਾ ਵੀ ਤਾਰਫ ਕਰਾਓ ਜੀ ਇਹ ਡਾਕਟਰ ਯਾਦ ਸਾਹਿਬ ਨੂੰ ਬਹੁਤ ਬੜੇ ਬਫਰ ਲੋ ਲਵਰ ਦਾ ਜੀ ਆ ਬੜੇ ਸ਼ੌਕੀਨ ਮਜਾਂ ਦੇ ਤੇ ਮਮਦਾਨਿਆ ਤੁਹਾਨੂੰ ਸਾਡੇ ਰਿਸ਼ਤੇਦਾਰ ਜੀ ਤੇ ভাই মনির ਜੇਸੇ ਕਹਦੇ ਆਪਾ ਜਿਲ੍ਹਾ ਮੰਡੀ ਬਾਉਦੀਨ ਖੜੇ ਆ ਇਹ ਵੀ ਤਫਸੀਲੀ ਐਡਰੈਸ ਵੀ ਦੱਸ ਦਿਓ ਜੀ ਇਹ ਮੇਰਾ ਫਾਰਮ ਹੈ ਬੋਖ شریف ਮੀਆਂ ਦੇ ਨਾਲ ਕਾਦਰਾਬਾਦ ਦੇ ਨਜ਼ਦੀਕ ਹੈ ਜੀ ਜੀ ਤੇ ਇਹ ਮੇਰਾ ਮੱਜਾਂ ਦਾ ਫਾਰਮ ਹੈ ਠੀਕ ਤੇ ਆ ਝੋਟਾ ਤੁਸੀਂ ਜਿਹੜਾ ਲੈ ਕੇ ਆਏ ਜੇ ਸਕਰੀਨ ਤੇ ਦੋਸਤ ਦੇਖਦੇ ਵੀ ਪਏ ਆ ਇਸ ਝੋਟੇ ਦੇ ਬਾਰੇ ਦੱਸੋ ਇਹਦਾ ਕੀ ਨਾਮ ਹੈ ਇਹਦੀ ਕੀ ਨਸਲ ਜਾਤ ਹੈ ਇਹਦਾ ਜੀ ਸੁਪਰਸਟਾਰ ਨਾਂ ਹੈ ਅੱਛਾ ਜੀ ਯਾ ਇਹ ਰੱਥਾਂ ਦੇ ਬਰੀਡ ਬਰੀਡਰ ਰੱਥਾਂ ਕੋ ਖਰੀਦਿਆ ਗਿਆ ਹੈ ਤੇ ਸ਼ੌਕਰ ਡੋਕਰ ਲੈ ਗਿਆ ਸੀ ਉਹਨਾਂ ਕੋ ਅਸਾਂ ਕੋਸੇ ਖਰੀਦ ਲਿਆ ਹੁਣ ਤੁਸੀਂ ਅੱਜ ਸ਼ੌਕਰ ਸਾਹਿਬ ਕੋ ਲੈ ਕੇ ਆਏ ਜੀ ਅਸੀਂ ਹੁਣ ਸ਼ੌਕਰ ਅੱਜ ਸ਼ੌਕਰ ਕੋ ਲੈ ਕੇ ਆਏ ਸਹੀ ਇਹ ਜੀ ਦੋਸਤੋ ਚੋਰੀ ਮਨੀਰ ਗੋੰਦਲ ਸਾਹਿਬ ਨੇ ਸੁਪਰਸਟਾਰ ਛੋਟਾ ਪਰ ਤੇਜ਼ ਕੀਤਾ ਵਾ ਹਾਜੀ ਸ਼ੌਕਰ ਡੋਕਰ ਸਾਹਿਬ ਕੋ तकरीबन ਕੁਛ 6 ਕੁ ਮਹੀਨੇ ਪਹਿਲੇ 6 ਕੁ ਮਹੀਨੇ ਪਹਿਲੇ ਹਾਜੀ ਸਾਹਿਬ ਨੇ ਖਰੀਦਿਆ ਸੀ ਜੀ ਜੀ ਕੋਈ ਮਹੀਨਾ ਵੱਧ ਘੱਟ ਹੋਵੇਗਾ ਇਹ ਸਾਰੇ ਇੱਕ ਤੇ ਜਿਹੜੇ ਰੱਥ ਤੁਸੀਂ ਦੇਖਦੇ ਹੋ ਨਾ ਨੀਲੀ ਦੇ ਉੱਤੇ ਜਿਹੜੇ ਨੇ ਅਲੀ ਇਮਰਾਨ ਰੱਥ ਉਹਨਾਂ ਦੀ ਵੀਡੀਓ ਵੀ ਅਸੀਂ ਆਪਣੇ ਚੈਨਲ ਤੇ ਪਾਈ ਆ ਉਹ ਨੀਲੀ ਵਾਲੇ ਰੱਥ ਆ ਇਹ ਰਾਵੀ ਦੇ ਉੱਤੇ ਜ਼ਿਲ੍ਹਾ ਸਾਈਵਾਲ ਚ ਰੱਥ ਬੈਠੇ ਨੇ ਆ ਦਰਿਆਏ ਰਾਵੀ ਤੇ ਰੱਥ ਫੈਮਿਲੀ ਤੇ ਉਹਨਾਂ ਦੀ ਇਹ ਬਰੀਡ ਦਾ ਝੋਟਾ ਵਾ ਦੀ ਇਸ ਤਰ੍ਹਾਂ ਹੀ ਹੈ ਨਾ ਭਾਈ ਜੀ ਬਿਲਕੁਲ ਇਸ ਤਰ੍ਹਾਂ ਹੀ ਹੈ ਉਹਨਾਂ ਦੀ ਜਿਹੜੀ ਮਤਲਬ ਪਹਿਲਣ ਝੋਟੀ ਹੈ ਨਾ ਉਸ ਨੇ 28 ਲੀਟਰ ਕੀਤਾ ਸੀ ਜਦ ਦੂਜਾ ਵਾਰਾ ਸੂਈਏ ਤੁਸੀਂ ਨੇ 31 ਲੀਟਰ ਸ਼ੌਕਤ ਡੋਗਰ ਕੋਲ ਹੀ ਕੀਤਾ ਉਹ ਸ਼ੌਕਤ ਡੋਗਰ ਸਾਹਿਬ ਕੋਲ ਉਹ ਮਾਝੇ ਉਹਨਾਂ ਦੀ ਤੇ ਇਹ ਝੋਟੇ ਦਾ ਹੁਣ ਜਿਹੜਾ ਕਿੰਨੀ ਕੁ ਉਮਰ ਆ ਕਿੰਨੀਆਂ ਕਮਾਲੀਆਂ ਕਰ ਗਿਆ ਵੇ ਇਹ ਕੋ ਚਾਰ ਕਮਾਲੀਆਂ ਕਰ ਗਿਆ ਜੀ ਅੱਛਾ ਠੀਕ ਹੋ ਗਿਆ ਇਹਦੀਆਂ ਹੁਣ ਜਿਹੜਾ ਦੇਖੋ ਨਾ ਬਰੀਕੀ ਆ ਹਾਲਾਂਕਿ ਰਾਵੀ ਦਾ ਝੋਟਾ ਵਾ ਰਾਵੀ ਤੇ ਯਾਨੀ ਕਿ ਮਿਕਸ ਵੀ ਹੋ ਸਕਦਾ ਵਾ ਤੇ ਪਰ ਮੈਂ ਨੇ ਤੁਸੀਂ ਕੀ ਸਮਝਦੇ ਹੋ ਰਾਵੀ ਨਸਲ ਆ ਕਿ ਨੀਲੀ ਰਾਵੀ ਇਹ ਮਿਕਸ ਹੈ ਨਾਲੀ ਨੀਲੀ ਵੀ ਹੈ ਤੇ ਰਾਵੀ ਵੀ ਹੈ ਠੀਕ ਹੈ ਤੇ ਤੁਸੀਂ ਵੇਖ ਲਓ ਕਿ ਇਸ ਝੋਟੇ ਵਿੱਚ ਮੈਂ بڑے ਮੈਂ بڑے ਝੋਟੇ ਖਰੀਦੇ ਵੀ ਨਾ ਵੇਖੇ ਉਹਨਾਂ ਵਿੱਚ ਜਿਹੜੀ ਹੈ ਇਹ ਦੀ ਖੂਨ ਦੀਆਂ ਨਾਲੀਆਂ ਇੱਕ ਇੱਕ ਨਾਲ ਇਹ ਦੀ ਦਿਸਦੀ ਹੈ ਪਈ ਔਰ ਮਤਲਬ ਮਾਸ਼ਾਅੱਲਾ ਇਸ ਇਸ ਹਾਈਟ ਦਾ ਝੋਟਾ ਮੈਨੇ ਇੱਥੇ ਕੋਈ ਨਜ਼ਦੀਕ ਦੀ ਕੋਈ ਵਿਖਾ ਦੇਵੇ ਕਿ ਇਸ ਸਾਈਡ ਦਾ ਝੋਟਾ ਔਰ ਇਸ نسل ਦਾ ਝੋਟਾ ਕੱਟਨੇ ਝੋਟੇ ਐਡੇ ਵੱਡੇ ਤੇ ਐਡੀ ਬੇਲ ਲੰਬੀ ਤੇ ਜਿਹੜੇ ਇਹਦੇ ਬੰਦ ਛੰਦ ਸੇ ਸਾਰਾ ਜੀਆ ਦੇਖੋ ਨਾ ਮੇਰੇ ਐਡੇ ਐਡੇ ਪੈਰ ਇਹਦਾ ਹਾਂਜੀ ਤੇ ਜੇਕਰ ਪਾਟੇ ਦਾ ਦੇਖੋ ਔਰ ਇਹਦਾ ਪੁੱਠਾ ਦੇਖ ਲਓ ਟਾਕਾ ਦੇਖੋ ਹਾਈਟ ਦੀ ਵੇਖੋ ਮੇਰੇ ਨਾਲ ਵੀ ਇਹਦੀ ਉੱਚੀ ਹਾਈਟ ਨਜ਼ਰ ਆਂਦੀ ਹੈ ਭਾਈ ਕੀ ਉਮੀਦ ਕਰਦੇ ਹੋ ਕਿ ਦੁੱਧ ਵਾਲੀਆਂ ਖੂਬਸੂਰਤ ਮੱਝਾਂ ਜੀ ਇਨਸ਼ਾ ਅੱਲਾਹ ਤਾਲਾ ਇਨਸ਼ਾ ਅੱਲਾਹ ਤਾਲਾ ਇਹਦੀ ਜਿਹੜੀ ਮੇਰੇ ਪਿੱਛੋਂ ਮੈਂ ਨਸਲ ਵੇਖੀ ਗਈ ਹੈ ਨਾ ਇਹਦੀ ਜਿਹੜੀਆਂ ਜੋਟੀਆਂ ਨੇ ਜੋਟੀ ਕੋਈ ਵੀ ਪੰਜੀ ਤੋਂ ਬਾਹਰ ਨਾ ਸਾਰੀਆਂ ਜਿਹੜੇ ਦੂਜਾ ਵਾਰਾ ਸੁਣੀਆਂ ਨੇ 3 31 32 ਲੀਟਰ ਇਨਸ਼ਾ ਅੱਲਾਹ ਦੁੱਧ ਕਸਮ ਅੱਗੋਂ ਇਨਸ਼ਾ ਅੱਲਾਹ ਮੱਝੀ ਜਿਹੜੀਆਂ ਮੇਰੇ ਪਹਿਲਾਂ ਵੀ ਉਹ ਸੁਣੀ ਉਹ ਵੀ 3 ਲੀਟਰ ਕਸਮ ਦੁੱਧ ਸਹੀ ਤੇ ਪ੍ਰੂਵਨ ਬੋਲੇ ਪ੍ਰੂਵਨ ਬੋਲੇ ਕਿਹੜਾ ਕੁ ਮਤਲਬ ਇਹ ਅੱਗੇ ਮਰੇ ਮਾਲੀਏ ਸੂ ਚੁੱਕਿਆ ਔਰ ਵੇਖ ਕੇ ਆਏ ਉਹਨਾਂ ਦੀ ਇਹਦੀ نسل ਵੇਖੀ ਏ ਇਹਦੇ ਬੱਚੇ ਵੇਖੇ ਨੂੰ ਕੋਈ ਦੀ ਮਰੇ ਝੋਟੀਆਂ ਸੂਈ ਦੀ ਇਹਦੀ ਭੈਣ ਹੈ ਹਾਂਜੀ ਇਹ ਝੋਟੇ ਦੀ ਧੀ ਹੈ ਜੀ ਜੀ ਜਿਹਦਾ ਮਲੇ ਸ਼ੌਕਰ ਡੋਗਰ ਨੇ 15 ਲੱਖ ਰੁਪਏ ਲਾਇਆ ਤੇ ਮਗਰ ਉਹਨਾਂ ਨੇ ਮਾਲਕ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਆ ਝੋਟੇ ਦਾ ਕਿੰਨੇ ਲੱਖ ਦੇ ਆਏ ਜੀ ਇਹ ਝੋਟੇ ਦਾ ਜੀ ਪੰਜੀ ਲੱਖ ਰੁਪਏ ਦਿੱਤੇ 5 ਲੱਖ ਦੇ ਆਏ ਜੀ ਅੱਛਾ ਜੀ ਚਲੋ ਮਾਸ਼ਾਅੱਲਾ ਤੇ ਵੈਸੇ ਜਿਹੜੇ ਦੋਸਤ ਮੇਲੇ ਮੁਕਾਬਲੇ ਖੇਲਦੇ ਆ ਉਹ ਇਸ نسل ਨੂੰ ਜਿਹੜਾ ਵਾ ਕਾਫੀ ਜ਼ਿਆਦਾ ਪਸੰਦ ਕਰਦੇ ਆ ਇਸ نسل ਦੀਆਂ ਬੱਜਾਂ ਜਿਹੜੀਆਂ ਚੋਾਈ ਵਿੱਚ ਚੁੰਦੇ ਰਹੇ ਨੇ ਇਸ نسل ਦੀਆਂ ਮੱਜਾਂ ਜਿਹੜੀਆਂ ਆਣ ਗਈਆਂ ਨਾ ਇਨਸ਼ਾਅੱਲਾ ਤਾਲਾ ਮਤਲਬ ਨੰਬਰ 1 ਹੀ ਆਣਦੀਆਂ ਔਰ ਇਸ نسل ਦੀਆਂ ਮੱਜਾਂ ਨਖੇੜ ਦਸਣਗੀਆਂ ਕਿ ਮਤਲਬ ਆ ਬਣੇ ਲੋ ਚੋਂ ਦੁੱਧ ਲੋ ਇਨਸ਼ਾਅੱਲਾ ਤਾਲਾ ਮਤਲਬ ਹੈ ਕਿ ਆਪਣਾ ਸਿੱਕਾ ਬਣਾਉਂਦੀ ਆ ਜੀ ਇਨਸ਼ਾਅੱਲਾ ਜੀ ਸਾਡੀ ਵੀ ਦੁਆਵਾ ਤੁਸੀਂ ਜਿਸ ਮਕਸਦ ਲਈ ਨਸਲ ਲਈ ਲਿਆ ਵਾ ਤੇ ਅੱਲਾਹ ਤਾਲਾ ਉਹਦੇ ਚ ਬਰਕਤ ਪਾਵੇ ਤੇ نسل ਦੀ مزید ਮੱਜ ਦੀ ਬਿਹਤਰੀ ਹੋਵੇ ਅਮੀਨ ਅਮੀਨ ਤੇ ਸਾਡੇ ਚੈਨਲ ਦੀ ਤਰਫੋਂ ਤੇ ਦੇਖਣ ਵਾਲੇ ਸਾਰੇ ਦੋਸਤਾਂ ਦੀ ਤਰਫੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਥੈਂਕ ਯੂ ਵੈਰੀ ਮਚ ਜੀ ਡੋਗਰ ਸਾਹਿਬ ਦੀ ਬੜੀ ਖਸੂਸੀ ਅਚੂ ਬਲੋਚ ਦੀ ਖਸੂਸੀ ਕਵਸ਼ ਜੇ ਉਸਨੇ ਬੜਾ ਮਦਦ ਮੰਤਾਂ ਔਰ ਤਰਲੇ ਕਰਕੇ ਇਹ ਜੋ ਟਸਨ ਲੈ ਕੇ ਦਿੱਤਾ ਹੈ ਸ਼ੌਕਤ ਡੋਗਰ ਦਿੰਦਾ ਨਹੀਂ ਸੀ ਪਤਾ ਨਹੀਂ ਕਿਸ ਕਿੱਥੇ ਆ ਕੇ ਮਜਬੂਰ ਇਨਕਾਰ ਕਰ ਕਸ ਲਿਆ ਯਾਨੀ ਹਾਜੀ ਸਾਹਿਬ ਨੇ ਤੇ ਅਛੂ ਕਾ ਬਲੋਚਦੀ ਮਿਹਰਬਾਨੀ ਆ ਤੇ ਉਹਨਾਂ ਨੇ ਬੜੀ ਮਿਹਨਤ ਕਰਕੇ ਇੱਕ ਨਵੀਂ ਯਾਨੀ ਐਸੀ ਚੀਜ਼ ਨੂੰ ਅੱਗੇ ਲੈ ਕੇ ਆਏ ਕਿ ਜਿਹੜਾ ਉਹਨਾਂ ਦੀ ਬਰੀਡ ਤੋਂ ਹਟ ਕੇ ਆ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਪਸ ਸਾਡੀ ਮਜਬੂਰੀ ਉਹਨਾਂ ਦੇ ਬਣ ਗਈ ਬੜਾ ਮਜਬੂਰ ਕੀਤਾ ਤਾਂ ਉਹਨਾਂ ਜੋ ਟੱਦਾ ਨਹੀਂ ਤੇ ਮੈਨੂੰ ਪਤਾ ਹੈ ਸ਼ੌਕਤ ਨੂੰ ਪੈਸੇ ਨਹੀਂ ਤੇ ਮਸਲਾ ਕੋਈ ਨਹੀਂ ਸੀ ਜੀ ਜੀ ਬਿਲਕੁਲ ਠੀਕ ਹੋ ਗਿਆ ਜੀ ਦੋਸਤੋ ਅਸੀਂ ਚੌਧਰੀ ਮਨੀਰ ਸਾਹਿਬ ਦਾ ਜਿਹੜੇ ਫਾਰਮ ਤੇ ਦੂਸਰੀਆਂ ਮੱਜਾਂ ਮੌਜੂਦ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ ਪਾਕਿਸਤਾਨ ਜ਼ਿੰਦਾਬਾਦ